ਭਗਵੰਤ ਮਾਨ ਜੀ ਨਾਲ ਤੈਅ ਹੋਈ ਸੀਗੀ, ਲੇਕਿਨ ਉਹਨਾਂ ਦੇ ਪਾਰਟੀ ਦੇ ਰਿਜੇ ਵਹਿਣ ਦੇ ਕਾਰਨ ਜਿਹੜੀ ਮੀਟਿੰਗ ਹੈ ਕਿਤੇ ਨਾ ਕਿਤੇ ਉਹ ਜਿਹੜੀ ਪੋਸਟਪੋਨ ਹੋ ਗਈ। ਔਰ ਉਹਨਾਂ ਦੀ ਜਗ੍ਹਾ 'ਤੇ ਜਿਹੜੀ ਸਾਡੀ ਮੀਟਿੰਗ ਹੈ ਖੇਡ ਮੰਤਰੀ ਸਾਡੇ ਮੀਤ ਹੇਅਰ ਜੀ ਨਾਲ ਜਿਹੜੀ ਮੀਟਿੰਗ ਆ ਬਹੁਤ ਵਧੀਆ ਸਖਾਵੇ ਮਾਹੌਲ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ, ਜਿਹਦੇ ਵਿੱਚ ETT ਦੀਆਂ ਭਰਤੀਆਂ ਨੂੰ ਲੈ ਕੇ ਚਾਹੇ ਆਪਾਂ ਗੱਲ ਕਰ ਲਈਏ 264 ਦੀ ਔਰ 894 ਦੀ, 435 ਦੀਆਂ ਜਿਹੜੀਆਂ ਲਿਸਟਾਂ ਜਿਹੜੀਆਂ ਗੌਰਮੈਂਟ ਵੱਲੋਂ ਜਿਹੜੀਆਂ ਸਰਕਾਰ ਵੱਲੋਂ ਉਹ ਪਰਸੋਂ ਜਿਹੜੀਆਂ ਅਪਡੇਟ ਕਰ ਦਿੱਤੀਆਂ ਗਈਆਂ। ਔਰ ਇਹਨਾਂ ਦੋਨੇ ਭਰਤੀਆਂ ਨੂੰ ਲੈ ਕੇ ਜਿਹੜੀ ਮੀਟਿੰਗ ਹੈ ਜਿਹੜੀ ਬਹੁਤ ਵਧੀਆ ਸਖਾਵੇ ਮਾਹੌਲ ਦੇ ਵਿੱਚ ਗੱਲ ਹੋਈ ਹੈ ਔਰ ਜਿਹਦੇ ਵਿੱਚ ਜਿਹੜੀਆਂ ਜਿਹੜੀ ਹੀਅਰਿੰਗ ਹੈ ਜਿਹੜੀ ਚਾਹੇ ਆਪਾਂ 894 ਦੀ ਗੱਲ ਕਰ ਲਈਏ ਚਾਹੇ ਆਪਾਂ 364 ਦੀ ਗੱਲ ਕਰ ਲਈਏ, ਉਹਨਾਂ ਦੀ ਜਿਹੜੀ ਹੀਅਰਿੰਗ ਦੇ ਨਾਲ ਰਿਲੇਟਡ ਜਿਹੜੀ ਹੈ ਖੇਡ ਮੰਤਰੀ ਦੇ ਨਾਲ ਜਿਹੜੀ ਗੱਲਬਾਤ ਕੀਤੀ ਗਈ, ਜਿਹਦੇ ਵਿੱਚ ਉਹਨਾਂ ਨੇ ਜਿਹੜਾ ਕਿ ਭਰੋਸਾ ਦਵਾਇਆ ਕਿ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਜਲਦੀ ਇਹਨਾਂ ਦੇ ਉੱਤੇ ਜਿਹੜਾ ਕਿ ਅਸੀਂ ਗੌਰ ਕਰਾਂਗੇ ਔਰ ਜਿਹੜੀਆਂ ਭਰਤੀਆਂ ਤੁਹਾਡੀਆਂ ਜਲਦੀ ਜਿਹੜੀਆਂ ਉਹ ਪੂਰੇ ਅਸੀਂ ਸਿਰੇ ਚੜਾਵਾਂਗੇ। ਔਰ ਇਸ ਤੋਂ ਬਾਅਦ ਜੋ ਵੀ ਮੀਟਿੰਗ ਦੇ ਵਿੱਚ ਗੱਲਬਾਤ ਹੋਈ ਹੈ ਸੁਖਦੀਪ ਜੀ ਤੁਹਾਡੇ ਨਾਲ ਜਿਹੜੇ ਅਗਲੇ ਪ੍ਰਵਕਤਾ ਜਿਹੜੇ ਤੁਹਾਡੇ ਨਾਲ ਸਾਂਝੀ ਕਰਨਗੇ। ਸੁਖਜੀਤ ਜੀ ਤੋਂ ਪਹਿਲਾਂ ਮੈਡਮ ਆਪਣੇ ਜਿਹੜੇ ਸਾਡੇ ਭੈਣ ਜੀ ਨੇ ਗੁਰਮੀਤ ਕੌਰ ਜੀ ਜਿਹੜੇ 364 ਭਰਤੀ ਦੇ ਵਿੱਚ ਐਲੀਜੀਬਲ ਨੇ ਪਰ ਬਾਕੀ ਭਰਤੀਆਂ ਵਿੱਚ ਓਵਰੇਜ ਹੋ ਚੁੱਕੇ ਨੇ, ਉਹ ਵੀ ਅੱਜ ਸਾਡੀ ਮੀਟਿੰਗ ਦੇ ਵਿੱਚ ਮੌਜੂਦ ਸੀਗੇ, ਸੋ ਉਹਨਾਂ ਦੇ ਵਿਚਾਰ ਤੁਸੀਂ ਸੁਣੋ। ਸਾਰੇ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਅੱਜ ਤੁਹਾਨੂੰ ਪਤਾ ਹੀ ਕਿ ਅੱਜ ਮੀਟਿੰਗ ਸੀ ਅਤੇ ਮੀਟਿੰਗ ਵਿੱਚ ਮਿਥੇਅਰ ਜੀ ਨਾਲ ਮੀਟਿੰਗ ਹੋਈ ਹੈ ਅਤੇ ਉਹਦੇ ਵਿੱਚ ਓਵਰੇਜ ਦੇ ਬਾਰੇ ਗੱਲ ਕੀਤੀ ਗਈ 264 ਭਰਤੀ ਨੂੰ ਲੈ ਕੇ ਕਿ ਅਸੀਂ ਜਿਹੜੇ ਸਾਥੀ 264 ਭਰਤੀ ਵਿੱਚ ਸਿਲੈਕਟਡ ਹਾਂ ਅਤੇ ਅਗਲੀਆਂ ਭਰਤੀਆਂ ਵਿੱਚ ਅਸੀਂ ਓਵਰੇਜ ਹਾਂ ਅਤੇ ਉਹਦੇ ਬਾਰੇ ਅਸੀਂ ਪੂਰੀ ਗੱਲ ਕੀਤੀ ਹੈ ਤਾਂ ਉਹਦੇ ਵਿੱਚ ਪੋਜ਼ੀਟਿਵ ਰਿਸਪੋਂਸ ਮਿਲਿਆ। ਮਿਥੇਅਰ ਜੀ ਨੇ ਕਿਹਾ ਕਿ ਤੁਹਾਡਾ ਮਸਲਾ ਹੱਲ ਕਰਾਂਗੇ ਅਤੇ ਬਾਕੀ ਤੁਹਾਨੂੰ ਸੁਰਿੰਦਰਪਾਲ ਵਿੱਚ ਹੀ ਦੱਸਣਗੇ। ਹਾਂਜੀ, ਮੇਰੇ ਤੋਂ ਪਹਿਲਾਂ ਆਪਣੇ ਬਾਈ ਜੀ 94 ਦੇ ਵਿੱਚ ਜਿਹਨਾਂ ਕੋਲ ਸਿਰਫ ਇੱਕੋ ਇੱਕ ਆਪਸ਼ਨ ਹੈ 99 ਭਰਤੀ ਦੀ, ਸੋ ਬਾਈ ਜੀ ਜਿਹੜੇ ਨੇ ਇਹ ਵੀ ਮੀਟਿੰਗ ਦੇ ਵਿੱਚ ਮੌਜੂਦ ਸੀਗੇ ਕਿਉਂਕਿ ਇਹਨਾਂ ਨੇ 23 'ਚ ਅਪਲਾਈ ਨਹੀਂ ਕੀਤਾ ਕਿਉਂਕਿ ਐਲੀਜੀਬਲ ਨਹੀਂ ਸੀ, 65 'ਚ ਅਪਲਾਈ ਨਹੀਂ ਕੀਤਾ ਕਿਉਂਕਿ ਐਲੀਜੀਬਲ ਨਹੀਂ ਸੀ, ਸੋ ਇਹਨਾਂ ਦਾ ਇੱਕੋ ਇੱਕ ਸੋਰਸ ਹੈਗਾ 99 ਦਾ, ਸੋ ਬਾਈ ਜੀ ਵੀ ਮੌਜੂਦ ਸੀਗੇ, ਸੋ ਬਾਈ ਜੀ ਤੁਹਾਡਾ ਆਪਣਾ ਵਿਚਾਰ ਪੇਸ਼ ਕਰੋ। ਬਹੁਤ ਹੀ ਸਤਿਕਾਰਯੋਗ ETT ਟੈਟ ਪਾਸ ਅਧਿਆਪਕ ਸਾਥੀਓ, ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਜੋ ਕਿ ਪਹਿਲਾਂ ਸਾਡੀ ਮੀਟਿੰਗ ਆਪਣੀ CM ਸਾਹਿਬ ਨਾਲ ਰੱਖੀ ਗਈ ਸੀਗੀ, ਕੁਛ ਅਜਿਵੇਂ ਕਾਰਨ ਹੋਣ ਕਾਰਨ ਮੀਟਿੰਗ ਸੀ ਆਪਣੇ ਮਿਨਿਸਟਰ ਸਪੋਰਟਸ ਮਿਨਿਸਟਰ ਮੀਤ ਹੇਅਰ ਨਾਲ ਕਰਵਾਈ ਗਈ ਹੈ ਜੋ ਕਿ ਬਹੁਤ ਵਧੀਆ ਮਾਹੌਲ ਦੇ ਵਿੱਚ ਹੋਈ ਹੈ। 94 ਨੂੰ ਲੈ ਕੇ ਮਿਨਿਸਟਰ ਸਾਹਿਬ ਦੇ ਧਿਆਨ ਦੇ ਵਿੱਚ ਕਰਵਾਇਆ ਗਿਆ ਗਾ ਕਿਉਂਕਿ 5 ਮਾਰਚ ਦਾ ਪੇਪਰ ਹੋਇਆ, ਹਾਲੇ ਵੀ 2-2.5 ਮਹੀਨੇ ਹੋ ਗਏ ਰਿਜ਼ਲਟ ਦੀ ਵੇਟ ਕਰ ਰਹੇ ਹੈਗੇ ਸਾਥੀ, ਤਾਂ ਉਹਨਾਂ ਨੇ ਪੂਰਾ ਭਰੋਸਾ ਦਵਾਇਆ ਗਾ ਵੀ ਰਿਜ਼ਲਟ ਆ ਜੋ 94 ਦਾ ਜਲਦੀ ਤੋਂ ਜਲਦੀ ਦੇ ਦਿੱਤਾ ਜਾਵੇਗਾ। ਅਤੇ ਦੂਸਰੀ ਗੱਲ ਮੰਤਰੀ ਸਾਹਿਬ ਦੀ ਇਹ ਗੱਲ ਧਿਆਨ 'ਚ ਕੀਤੀ ਹੈ ਕਿ ਵੀ ਜਿਹੜੀ 94 ਦੀ ਭਰਤੀ ਆ 41 ਦੀ ਤਰਜ਼ ਦੀ ਇੱਕੋ ਲਿਸਟ 'ਚ ਪੂਰੀ ਹੋਣੀ ਚਾਹੀਦੀ ਹੈਗੀ, ਅਤੇ ਉਹ ਵੀ ਮੰਤਰੀ ਸਾਹਿਬ ਨੇ ਪੂਰੀ ਵਧੀਆ ਧਿਆਨ ਨਾਲ ਮੰਗ ਸੁਣ ਕੇ ਅਤੇ ਉਹਨੇ ਪੂਰਾ ਵਿਸ਼ਵਾਸ ਦਵਾਇਆ ਕਿ ਤੁਹਾਡੀ ਮੰਗ ਹੈ ਜਿਹੜੀ ਸਿੱਖਿਆ ਮਿਨਿਸਟਰ ਅਤੇ CM ਸਾਹਿਬ ਨੂੰ CM ਸਾਹਿਬ ਤੱਕ ਭਜਾ ਦਿੱਤੀ ਹੈਗੀ ਅਤੇ ਪੂਰਾ ਪੂਰਨ ਵਿਸ਼ਵਾਸ ਦਵਾਇਆ ਗਿਆ ਵੀ ਤੁਹਾਡੀ ਜੋ ਵੀ ਮੰਗਾਂ ਨੇ ਗੀਆਂ ਉਹ ਪੂਰੇ ਤੁਹਾਡੀ ਮੰਨੀਆਂ ਜਾਣਗੀਆਂ ਅਤੇ ਤੁਹਾਡੇ ਆਪਣੀਆਂ ਸਾਰੀਆਂ ਮੰਗਾਂ ਤੁਹਾਡੀਆਂ ਵੀ ਮਿਨਿਸਟਰ ਸਿੱਖਿਆ ਮਿਨਿਸਟਰ ਅਤੇ ਆਪਣੇ CM ਤੱਕ ਪਹੁੰਚਾ ਦਿੱਤੀਆਂ ਗੀਆਂ ਅਤੇ ਤੁਹਾਨੂੰ ਵਿਸਤਾਰਪੂਰਵਕ ਸਾਰੀ ਜਾਣਕਾਰੀ ਸੂਬਾ ਪ੍ਰਧਾਨ ਸੁਰਿੰਦਰਪਾਲ ਜੀ ਦੇਣਗੇ। ਸਤਿ ਸ਼੍ਰੀ ਅਕਾਲ ਅਧਿਆਪਕ ਸਾਥੀਓ, ਸਾਥੀਓ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਸਾਥੀਆਂ ਤੱਕ ਵਾਈ ਪਹੁੰਚ ਸਕੇ। ਸਾਥੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਜਿਹੜੀ ਆ ਉਹ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ। ਜੋ ਵੀ ਅਗਲੇਰੀਆਂ ਜੋ ਮੀਟਿੰਗਾਂ ਹੋਣਗੀਆਂ ਸੋ ਉਹਨਾਂ ਦੀ ਜੋ ਤਾਜ਼ਾ ਜਾਣਕਾਰੀ ਆ ਤੁਹਾਨੂੰ ਇਸੇ ਚੈਨਲ ਦੇ ਮਾਧਿਅਮ ਰਾਹੀਂ ਦਿੱਤੀ ਜਾਊਗੀ, ਚਾਹੇ ਉਹ 364 ਭਰਤੀ ਹੋਵੇ ਚਾਹੇ ਉਹ 94 ਭਰਤੀ ਹੋਵੇ। 65 ਭਰਤੀ ਤਾਂ ਸਾਥੀਓ ਲਗਭਗ ਪੂਰੀ ਹੋ ਚੁੱਕੀ ਆ ਕਿਉਂਕਿ ਉਹਦੇ ਵਿੱਚ ਗੱਲ ਚੱਲ ਰਹੀ ਆ ਕਿ ਅਜੇ ਕੁਛ ਕੁ ਲਿਸਟਾਂ ਆਉਣ ਦੀ ਹੋਰ ਉਮੀਦ ਹੈਗੀ ਆ, ਉਹ ਆਉਂਦੀਆਂ ਕਦੋਂ ਤੱਕ ਆਉਂਦੀਆਂ, ਉਮੀਦ ਆ ਕਿ ਉਹ ਵੀ ਜਲਦੀ ਆ ਜਾਣਗੀਆਂ। ਸੋ ਗੱਲ ਕਰੀਏ ਆਪਾਂ 364 ਭਰਤੀ ਦੀ, ਸੋ ਇਹਦੇ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ ਜਿਵੇਂ ਕਿ ਭੈਣ ਜੀ ਗੁਰਮੀਤ ਕੌਰ ਜੀ ਹੁਣੇ ਤੁਹਾਨੂੰ ਦੱਸ ਕੇ ਗਏ ਨੇ ਔਰ ਆਪਣੇ 94 ਭਰਤੀ ਸੰਬੰਧ ਵਿੱਚ ਆਪਣੇ ਬਾਈ ਜੀ ਸੁਖਦੀਪ ਜੀ ਮਾਨਸਾ ਤੋਂ ਇਹਨਾਂ ਨੇ ਗੱਲਬਾਤ ਕੀਤੀ ਸੀਗੀ।
ਸੋ ਸਾਡੇ ਸਹਿਯੋਗੀ ਸਾਥੀ ਮਨਪ੍ਰੀਤ ਮਾਨਸਾ ਜੀ ਇਹਨਾਂ ਨੇ ਵੀ ਸਾਰੀਆਂ ਭਰਤੀਆਂ ਦੇ ਸੰਬੰਧ ਵਿੱਚ ਗੱਲਬਾਤ ਕੀਤੀ। ਸੋ ਮੇਰੇ ਵੱਲੋਂ ਵੀ ਜਿਹੜੀ ਆ ਉਹ ਗੱਲਬਾਤ ਜਿਹੜੀ ਆ ਬਿਲਕੁਲ ਜਿਹੜੀ ਆ ਸਹੀ ਤਰੀਕੇ ਦੇ ਨਾਲ ਮੰਤਰੀ ਸਾਹਿਬ ਅੱਗੇ ਰੱਖੀ ਗਈ। ਸੋ ਅੱਜ ਮੁੱਖ ਮੰਤਰੀ ਸਾਹਿਬ ਦੇ ਉਰਝੇਵਿਆਂ ਦੇ ਕਾਰਨ ਜਿਹੜੀ ਆ ਉਹ ਕਿਸੇ ਤਰੀਕੇ ਨਾਲ ਮੀਟਿੰਗ ਨਹੀਂ ਹੋ ਸਕੀ। ਸੋ ਮੁੱਖ ਮੰਤਰੀ ਸਾਹਿਬ ਨੇ ਆਪਣੀ ਜਿਹੜੀ ਡਿਊਟੀ ਸੀਗੀ ਉਹ ਉਹਨਾਂ ਨੂੰ ਆਪਣੇ ਮੀਤਹਿਰ ਜੀ ਨੂੰ ਦਿੱਤੀ ਸੀਗੀ ਕਿ ਜਿਹੜੀਆਂ ਵੀ ਮੀਟਿੰਗਾਂ ਅੱਜ ਮੁੱਖ ਮੰਤਰੀ ਸਾਹਿਬ ਨਾਲ ਹੋਣੀਆਂ ਸੀ, ਸੋ ਉਹਨਾਂ ਜਿਹੜਾ ਮੀਟਿੰਗਾਂ ਦਾ ਜਿਹੜਾ ਜ਼ਿੰਮਾ ਸੀ ਅੱਜ ਮੀਤਹਿਰ ਜੀ ਨੂੰ ਸੌਂਪਿਆ ਗਿਆ ਸੀ। ਸੋ ਜਿਹੜੀ ਅੱਜ ਦੀ ਮੀਟਿੰਗ ਆ ਸਾਥੀ ਉਹ ਸਾਡੇ ਕੈਬਨਿਟ ਮੰਤਰੀ ਮੀਤਹਿਰ ਜੀ ਨਾਲ ਹੋਈ ਆ। ਬੜੀ ਸੁਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ, ਸਾਰੀਆਂ ਭਰਤੀਆਂ ਦੇ ਸੰਬੰਧ ਵਿੱਚ ਵਿਸਥਾਰ ਨਾਲ ਚਰਚਾ ਕੀਤੀ ਗਈ ਆ, 2364 ਭਰਤੀ ਦੇ ਸੰਬੰਧ ਵਿੱਚ ਗੱਲਬਾਤ ਕੀਤੀ ਗਈ ਆ ਕਿ ਇਹ 6 ਮਾਰਚ 2020 ਨੂੰ ਜਿਹੜਾ 364 ਭਰਤੀ ਦਾ ਨੋਟੀਫਿਕੇਸ਼ਨ ਆਇਆ ਸੀ ਤਾਂ ਅੱਡ ਅੱਡ ਜਿਹੜੇ ਉਹਦੇ ਵਿੱਚ ਪੋਰੀਜਨ ਨੂੰ ਪਾਏ ਗਏ, ਉਹਦੇ ਵਿੱਚ ਅਮੈਂਡਮੈਂਟਸ ਕੀਤੀਆਂ ਗਈਆਂ। ਸੋ ਜਿਹਦੇ ਕਰਕੇ ਉਹ ਭਰਤੀ ਅੱਜ ਕੋਰਟ ਵਿੱਚ ਰੁਲ ਰਹੀ ਆ। ਸੋ ਬਹੁਤ ਸਾਰੇ ਕੇਸਾਂ ਦੇ ਕਾਰਨ ਜਿਹੜੇ ਆ ਜਿਹੜਾ ਸਮਝ ਨਹੀਂ ਸੀ ਆ ਰਿਹਾ ਕਿ ਫੈਸਲਾ ਕਿਵੇਂ ਦਿੱਤਾ ਜਾ ਸਕਦਾ। ਸੋ ਇਸ ਕਰਕੇ ਜੱਜ ਸਾਹਿਬ ਨੇ ਬੋਰਡ ਦੀ ਮੰਗ ਕੀਤੀ ਕਿ ਬੋਰਡ ਦੇ ਕਿਹੜੇ ਅਧਿਕਾਰੀ ਨੇ ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਅਮੈਂਡਮੈਂਟਸ ਕੀਤੀ ਆ। ਸੋ ਮੌਕੇ 'ਤੇ ਬੋਰਡ ਪੇਸ਼ ਨਾ ਹੋਣ ਕਾਰਨ ਜਿਹੜਾ ਉਹ ਜਿਹੜੀ ਭਰਤੀ ਕੁਐਸ਼ ਹੋ ਗਈ, ਯਾਨੀ ਕਿ ਸਟਾਕਡਾਊਨ ਹੋ ਗਈ। ਸੋ ਉਸ ਤੋਂ ਬਾਅਦ ਸਾਥੀ ਉਹ ਸਾਡੇ ਸਾਥੀ ਜਿਹੜੇ ਸੀਗੇ ਉਹ ਐੱਲ ਪੀ ਏ ਦੇ ਗਏ। ਸੋ ਐੱਲ ਪੀ ਏ 'ਤੇ ਜਦੋਂ ਬੋਰਡ ਪੇਸ਼ ਕੀਤਾ ਗਿਆ ਤਾਂ ਜੱਜ ਸਾਹਿਬ ਨੇ ਜਿਹੜਾ ਡਬਲ ਬੈਂਚ ਤੋਂ ਜਿਹੜਾ ਉਹਨੂੰ ਵਾਪਸ ਭੇਜਿਆ ਕਿ ਇਹਦਾ ਜਿਹੜਾ ਰਿਵਿਊ 'ਤੇ ਫੈਸਲਾ ਹੋ ਸਕਦਾ, ਤੁਸੀਂ ਰਿਵਿਊ 'ਤੇ ਜਾਓ। ਤਾਂ ਰਿਵਿਊ 'ਤੇ ਕੇਸ ਜਿਹੜਾ ਫਿਰ ਦੁਬਾਰਾ ਪੁੱਟਅਪ ਕੀਤਾ ਗਿਆ। ਸੋ ਰਿਵਿਊ ਅਸੈਪਟ ਹੋਇਆ ਤਾਂ ਉਹਦੀਆਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਾਰ ਵਾਰ ਜਿਹੜੀਆਂ ਸੁਣਵਾਈਆਂ ਜਿਹੜੀਆਂ ਉਹ ਅੱਗੇ ਅੱਗੇ ਟਾਲੀਆਂ ਗਈਆਂ। ਸੋ ਉਹਦਾ ਕਾਰਨ ਸੀਗਾ ਕਿ ਐਫੀਡੇਵਿਟ ਸਹੀ ਪੇਸ਼ ਨਹੀਂ ਸੀ ਹੋਇਆ। ਸੋ 25 ਜਨਵਰੀ ਨੂੰ ਐਫੀਡੇਵਿਟ 2023 ਨੂੰ ਜਿਹੜਾ ਐਫੀਡੇਵਿਟ ਸਹੀ ਤਰੀਕੇ ਨਾਲ ਜਿਹੜਾ ਉਹ ਪੇਸ਼ ਕੀਤਾ ਗਿਆ। ਤੋ ਐਫੀਡੇਵਿਟ ਪੇਸ਼ ਹੋਣ ਤੋਂ ਬਾਅਦ ਹੁਣ ਜਿਹੜੀ ਆ ਕਾਰਗੁਜ਼ਾਰੀ ਉਹ ਸਰਕਾਰ ਦੀ ਤਰਫੋਂ ਢਿੱਲੀ ਚੱਲ ਰਹੀ ਆ, ਕਿਉਂਕਿ 25 ਜਨਵਰੀ ਨੂੰ ਜਿਹੜਾ ਆਪਣੇ AG ਸਾਹਿਬ ਔਫਿਸ ਤੋਂ ਜਿਹੜੇ ਸਰਕਾਰੀ ਵਕੀਲ ਜਿਹੜਾ ਪੇਸ਼ ਹੋਣਾ ਸੀ, ਸੋ ਜਿਹੜੇ 20 ਅਕਤੂਬਰ ਨੂੰ ਪੇਸ਼ ਹੋਏ ਸੀ, 20 ਅਕਤੂਬਰ 2022 ਨੂੰ ਜਿਹੜੇ ਪੇਸ਼ ਹੋਏ ਸੀ, ਸੋ ਮੈਨੂੰ ਲੱਗਦਾ ਕਿ ਉਹ ਜਿਹੜੇ 25 ਜਨਵਰੀ ਨੂੰ ਉਹ ਵਾਲੇ ਨਹੀਂ ਸੀ, ਉਹ ਕੋਈ ਨਵੇਂ ਵਕੀਲ ਸੀਗੇ ਜਿਹੜੇ ਸਰਕਾਰੀ ਵਕੀਲ ਸੀ AG ਔਫਿਸ ਤੋਂ, ਉਹ ਨਵੇਂ ਬਦਲ ਕੇ ਆਏ ਸੀਗੇ। ਸੋ ਜਿਹਦੇ ਕਰਕੇ ਉਹਨਾਂ ਨੂੰ ਕੇਸ ਦੀ ਜ਼ਿਆਦਾ ਜਾਣਕਾਰੀ ਨਾ ਹੋਣ ਕਰਕੇ ਤਰੀਕ ਜਿਹੜੀ ਆ ਲਗਭਗ 4 ਮਹੀਨੇ ਅੱਗੇ ਪਾ ਦਿੱਤੀ ਗਈ। ਸੋ ਅੱਜ ਅਸੀਂ ਮੀਤਹਿਰ ਜੀ ਨੂੰ ਇਹ ਬੇਨਤੀ ਕੀਤੀ ਕਿ ਸਾਡੀਆਂ ਕੋਰਟ ਦੇ ਵਿੱਚ ਚੱਲ ਰਹੀਆਂ ਭਰਤੀਆਂ 2364 ਭਰਤੀ, 99 ਭਰਤੀ, ਇਹਨਾਂ ਦੋਨਾਂ ਭਰਤੀਆਂ ਦੇ ਸੰਬੰਧ ਵਿੱਚ ਇੱਕੋ ਇੱਕ ਜਿਹੜਾ AG ਹੈ ਜਿਹੜਾ ਉਹ ਨਿਯੁਕਤ ਕੀਤਾ ਜਾਵੇ, ਤਾਂ ਜੋ ਵਾਰ ਵਾਰ AG ਸਾਹਿਬ ਦੇ ਬਦਲਣ ਦੇ ਨਾਲ ਜਿਹੜੀਆਂ ਤਰੀਕਾਂ ਜਿਹੜੀਆਂ ਉਹ ਅਗਾਂਹ ਨਾ ਪੈਣ, ਤਾਂ ਜੋ ਸਾਨੂੰ ਬੇਰੁਜ਼ਗਾਰੀ ਦਾ ਸੰਤਾਪ ਆ ਜਿਹੜਾ ਉਹ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਸਾਡੀ ਆਪਣੀ ਚੁਣੀ ਹੋਈ ਸਰਕਾਰ ਦੇ ਦੌਰਾਨ ਵੀ ਜਿਹੜਾ ਉਹ ਨਾ ਹੰਢਾਉਣਾ ਪਵੇ। ਸੋ ਮੰਤਰੀ ਸਾਹਿਬ ਨੇ ਪੂਰਾ ਭਰੋਸਾ ਦਵਾਇਆ ਕਿ ਅਸੀਂ ਤੁਹਾਨੂੰ ਇੱਕ ਮੁਸ਼ਤ ਜਿਹੜਾ ਉੱਕਾ ਪੱਕਾ ਜਿਹੜਾ AG ਜਿਹੜਾ ਦੋਨਾਂ ਭਰਤੀਆਂ ਲਈ ਨਿਯੁਕਤ ਕਰਕੇ ਦਿਆਂਗੇ, ਸਰਵਿਸ ਮੈਟਰ ਦਾ AG ਹੋਊਗਾ। ਸੋ ਬਾਕੀ 2364 ਭਰਤੀ ਸੰਬੰਧ ਵਿੱਚ ਉਹਨਾਂ ਨੂੰ ਇਹ ਜਾਣੂ ਕਰਵਾਇਆ ਗਿਆ ਕਿ 18 ਮਈ ਨੂੰ ਜਿਹੜੀ ਇੱਕ ਤਰੀਕ ਪਈ ਹੋਈ ਆ, ਜਿਹੜੀ ਮੈਨੂੰ ਲੱਗਦਾ ਕਿ ਇਹ ਫਾਈਨਲ ਹੀਅਰਿੰਗ ਹੋਊਗੀ, ਔਰ ਮੈਨੂੰ 99% ਪੂਰਾ ਵਿਸ਼ਵਾਸ ਹੈਗਾ ਕਿ ਸਾਥੀਓ 18 ਮਈ ਨੂੰ 2364 ਭਰਤੀ ਜਿਹੜੀ ਆ ਇਹ ਬਹਾਲ ਹੋਣ ਵਾਲੀ ਆ। ਸੋ ਸਾਥੀਓ ਘਬਰਾਉਣ ਦੀ ਲੋੜ ਨਹੀਂ ਹੈਗੀ। ਬਹੁਤ ਸਾਰੇ ਸਾਥੀ ਕੁਐਸਚਨ ਪੁੱਟਅਪ ਕਰ ਰਹੇ ਕਿ 99 ਦਾ ਰਿਜ਼ਲਟ ਕਦੋਂ ਆਊਗਾ। ਸਾਥੀਓ ਅਜੇ 99 ਦੀ ਗੱਲ ਅਸੀਂ ਸ਼ੁਰੂ ਨਹੀਂ ਕੀਤੀ, ਅਜੇ 2364 ਦੀ ਗੱਲ ਚੱਲ ਰਹੀ। ਜਦੋਂ 99 ਦੀ ਵਾਰੀ ਆਊਗੀ 99 'ਤੇ ਵੀ ਖੁੱਲ੍ਹ ਕੇ ਗੱਲ ਕਰਾਂਗੇ। ਸੋ ਗੱਲ ਕਰ ਰਹੇ ਸੀ 2364 ਭਰਤੀ ਦੀ। ਸੋ 2364 ਭਰਤੀ ਜਿਹੜੀ ਆ ਇਹਦੇ ਬਾਰੇ ਗੱਲਬਾਤ ਕੀਤੀ ਗਈ ਕਿ 18 ਮਈ ਨੂੰ ਇਹਦੀ ਲਗਭਗ ਫਾਈਨਲ ਹੀਅਰਿੰਗ ਹੋਣ ਵਾਲੀ ਆ। ਸੋ ਸਰਵਿਸ ਮੈਟਰ ਦਾ ਜਿਹੜਾ ਸੀਨੀਅਰ AG ਕੋਈ ਭੇਜ ਕੇ ਤਾਂ ਇਸ ਭਰਤੀ ਨੂੰ ਬਹਾਲ ਕਰਾਇਆ ਜਾਵੇ। ਤਾਂ ਉਹਨਾਂ ਨੇ ਪੂਰਾ ਭਰੋਸਾ ਦਵਾਇਆ ਕਿ ਇਹ ਭਰਤੀ ਨੂੰ ਬਹਾਲ ਕਰਾਉਣ ਲਈ ਸਾਡੇ ਕੋਲ ਜੋ ਸੰਭਵ ਹੋ ਸਕਦਾ ਅਸੀਂ ਉਹ ਜ਼ਰੂਰ ਕਰਾਂਗੇ। ਤਾਂ ਉਸ ਤੋਂ ਬਾਅਦ 99 ਭਰਤੀ ਦੀ ਗੱਲਬਾਤ ਚੱਲੀ ਤਾਂ ਉਹਨਾਂ ਨੇ ਕਿਹਾ ਜੀ ਦੇਖੋ ਤੁਹਾਡੇ ਬੰਦੇ ਹੀ ਜਾ ਕੇ ਕੋਰਟ ਦੇ ਵਿੱਚ ਕੇਸ ਲਾ ਦਿੰਦੇ ਆ ਤਾਂ ਭਰਤੀ 'ਤੇ ਸਟੇਅ ਹੋ ਜਾਂਦਾ। ਤਾਂ ਮੇਰੇ ਵੱਲੋਂ ਮੰਤਰੀ ਸਾਹਿਬ ਨੂੰ ਇੱਕ ਬੇਨਤੀ ਕੀਤੀ ਗਈ ਕਿ ਦੇਖੋ ਜੀ ਪਹਿਲਾਂ ਤਾਂ ਇਹ ਕਿਹਾ ਜਾਂਦਾ ਸੀ ਕਿ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਭਰਤੀਆਂ ਕੋਰਟ 'ਚ ਚਲੀਆਂ ਜਾਂਦੀਆਂ। ਤਾਂ ਮੈਂ ਮੰਤਰੀ ਸਾਹਿਬ ਨੂੰ ਇਹ ਸਵਾਲ ਕੀਤਾ ਕਿ ਦੇਖੋ ਜੀ ਇਹ ਤਾਂ ਤੁਸੀਂ ਭਰਤੀ ਆਪ ਕੱਢੀ ਆ,
रूल ये अमेंड किए जे ये भी कोर्ट च जाती है तो ये जिम्मेवार की पंजाब सरकार नहीं है तो साथीओ उन्हां कोल जिहड़ा कोई योग ढुकवा जिहड़ा जवाब नहीं सीगा क्योंकि दूजियां ते इल्जामबाजी करना बहुत आसान हुंदा जदों अपने ते पैंदी पता फिर चलदा। सो इस करके मंत्री साहब नूं ये बेनती की गई कि लारियां दी नीति नूं छड्ड के मसलों के हल वाली नीति अपनाई जाए और उक्का पक्का ए जी पेश करके सो जिन्हां मसलों पर स्टे लगा उन्हां मसलों के संबंध में जो कोर्ट में जवाब पेश करना सो वह जवाब पेश करके कोर्ट के स्टे तुड़वाया जाए ता जो 2994 भर्ती जी ये जल्द पूरी हो सके। सो रिजल्ट के संबंध में मंत्री साहब ने गलबात की कि लगभग 2 महीने तो उपर का समा हो चलिया सो यदा अजे तक रिजल्ट आउट नहीं किया गया तो मंत्री साहब ने कहा कि यदा रिजल्ट आप जल्दी अनाउंस कराने की जी गलबात करा। सो मंत्री साहब तक ये गल जी पहुँचा दी गई है कि रिजल्ट लैके फिर उन्होंने कहा जी ए रिजल्ट दे स्टे आ सो इस करके रिजल्ट नहीं आ सकता। फिर असी उन्होंने जाणू करवाया कि रिजल्ट दे स्टे नहीं हैगा जी रिजल्ट जिहड़ा फाइनल मैरिट रिजल्ट आ स्टे हैगी आ पेपर जिहड़े दो होए ने पंजाबी दा और मेन पेपर इन्हां पेपरां दे रिजल्ट दे स्टे नहीं हैगा। सो बहुत सारिया गल्लां ने जिहड़ियां मैं ये कह सकता जां तां पता नहीं हुंदियां जां जाण बुझ के अणजाण पुणे दा जिहड़ा उह विखावा कीता जांदा चाहे पिछलियां सरकारां होण चाहे मौजूदा सरकार की गल कर लईए। सो मैनू लगता कि जाण बुझ के शायद इवें कीता जा रहा सो जे ये सही आ तो फिर तो चलो कोई गल नहीं तो जे जाण बुझ के कीता जा रहा तो मैं कहना कि इस तो माड़ी गल इस सरकार लई होर कोई हो नहीं सकती। सो साथियों रिजल्ट के संबंध में भी खुल के गलबात की गई कि रिजल्ट कल्ला रिजल्ट की गल नहीं कल्ला रिजल्ट मायने नहीं रखता रिजल्ट के नाल नाल स्क्रूटनी प्रोसैस भी होना लाजमी है और सब तो वड्डी गल कि 99 भर्ती जिस मसले पर गलबात की गई कि 99 भर्ती सिंगल लिस्ट दे विच पूरी होनी चाहिए है जिदे बारे खुल के गलबात की गई कि 99 भर्ती सिंगल लिस्ट विच कंप्लीट की जाए इनू 65 भर्ती की तरह लिस्टा का खलारा ना पाया जाए। मैं कहना 65 भर्ती पता नहीं किनिया कि लिस्टा आ गई तो होर पता नहीं किनिया आऊंगिया। सो ये मंत्री साहब अगर बेनती की गई कि 41 भर्ती जिमें सिंगल लिस्ट में पोस्टा डिजर्व करके भर्ती पूरी कर जा रही है। सो ये सरकार को बेनती की गई मंत्री साहब को बेनती की गई कि 4161 भर्ती की तर्ज पर सिंगल लिस्ट बैकलॉग डिजर्व करके सिंगल लिस्ट के जो भर्ती पूरी की जाए और जिन्हें भी अपने ETT कढ़ रहे 99 जिन्होंने एप्लीकेंट ने उन्होंने सारे जोड़ा कट्ठा जोड़ा रुजगार दिता जाए यह ना हो 3000 अड तो बैकलॉग लड क्योंकि इदा का कोई रूल नहीं है कि बैकलॉग बाद भरना ज बाकी कुछ है इदा का कुछ नहीं है। सो इस करके तुसी साथियों ग्रुपां दे विच चल रहे जिहड़े फेक मैसेज होंगे ने जिन्हों का कोई आधार नहीं होंगे बेसलैस जोड़े मैसेज ने उन्हों वाल ध्यान देना बंद करो इको गल वाल ध्यान दिया करो जो तुम्हें इस चैनल के माध्यम राही दसया जाता। सो उन्हों गलों वाल ध्यान दिया करो क्योंकि इस चैनल के माध्यम राही उ गल जी तुम्हें दसी जाती है जिदा कोई बेस हों बेसलैस गल् ग्रुप में की जा वाली ध्यान बिल्कुल ना दिया करो क्योंकि पहला यह कह गया कि रिजल्ट से स्टे रिजल्ट नहीं आना बहुत सारे साथियों वालों ग्रुपों में मैसेज पाए गए कि स्टे है रिजल्ट आना नहीं तो हूँ उही साथियों के जोड़े बयान वो चेंज हो गए कहते जी सानू तां पता नहीं सी डिपार्टमेंट नू पता नहीं सी। सो मैं उही गल करदा कि बेसलैस गल्लां ना कीतियां जाण सो बेसलैस गल्लां बेशक कर सकते हो पर उन्हां ते विश्वास ना किया जाए जिन्ना चिर तुहानू उहदा कोई पुख्ता सबूत नहीं मिलता। सो साथी